ਘਰ ਤੋਂ ਬਾਹਰ ਬੁਲਾ ਕੇ ਇੱਕ ਨੌਜਵਾਨ ਦਾ ਸ਼ਰੇਆਮ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਇਹ ਨੌਜਵਾਨ ਆਪਣੇ ਸਹੁਰੇ ਘਰ ਆਇਆ ਹੋਇਆ ਸੀ ਪਤਨੀ ਤੇ ਬੱਚਿਆਂ ਨੂੰ ਛੱਡਣ, ਕਿਉਂਕਿ ਛੁੱਟੀਆਂ ਹੋਈਆਂ ਪਈਆਂ ਨੇ, ਤੇ ਇਹ ਨੌਜਵਾਨ ਇੱਕ ਆਪਣੀ ਪਤਨੀ ਅਤੇ ਬੱਚਿਆਂ ਨੂੰ ਛੱਡਣ ਸਹੁਰੇ ਆਇਆ ਸੀ, ਪਰ ਜਿਵੇਂ ਹੀ ਇਹ ਘਰ ਤੋਂ ਬਾਹਰ ਇਸ ਨੂੰ ਕਿਸੇ ਨੇ ਬੁਲਾਇਆ ਤੇ ਇਸ ਦੇ ਉੱਪਰ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਅਤੇ ਜਿਸ ਦੇ ਵਿੱਚ ਇਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜਿਸ ਨੌਜਵਾਨ ਦੇ ਵੱਲੋਂ ਕਤਲ ਕੀਤਾ ਗਿਆ, ਪਹਿਲਾਂ ਤਾਂ ਇਹ ਨੌਜਵਾਨ ਉਸ ਨੌਜਵਾਨ ਦੇ ਨਾਲ ਸਾਰਾ ਦਿਨ ਘੁੰਮਦਾ ਰਿਹਾ ਤੇ ਫਿਰ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਵਿੱਚ ਤਕਰਾਰ ਹੋਈ ਅਤੇ ਜਿਸ ਨੌਜਵਾਨ ਦੇ ਵੱਲੋਂ ਕਤਲ ਕੀਤਾ ਗਿਆ, ਕਿਹਾ ਜਾ ਰਿਹਾ ਕਿ ਉਹ ਅੰਮ੍ਰਿਤਧਾਰੀ ਸੀ ਅਤੇ ਉਸਨੇ ਆਪਣੀ ਕਿਰਪਾਨ ਦੇ ਨਾਲ ਹੀ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ। ਹਾਲਾਂਕਿ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਸਹੁਰੇ ਘਰ ਆਏ ਨੌਜਵਾਨ ਦਾ ਕਤਲ ਕੀਤਾ। ਦੋਸਤ ਜੋ ਕਿ ਪਹਿਲਾਂ ਸਾਰਾ ਦਿਨ ਇਕੱਠੇ ਹੀ ਨਾਲ ਘੁੰਮਦੇ ਰਹੇ, ਬਾਅਦ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਤਾਂ ਅੰਮ੍ਰਿਤਧਾਰੀ ਇੱਕ ਨੌਜਵਾਨ ਦੇ ਵੱਲੋਂ ਆਪਣੀ ਕਿਰਪਾਨ ਦੇ ਨਾਲ ਹੀ ਆਪਣੇ ਹੀ ਦੋਸਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਤਾਂ ਮਾਮਲਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ, ਤਲਵਾਰਾਂ ਦੇ ਨਾਲ ਕਈ ਵਾਰ ਕੀਤੇ ਗਏ ਨੇ, ਜਿਸ ਤੋਂ ਬਾਅਦ ਜ਼ਖਮਾਂ ਦੀ ਤਾਬ ਨਾ ਚੱਲਦਿਆਂ ਉਸਦੀ ਮੌਤ ਹੋ ਗਈ ਹੈ। ਫਿਲਹਾਲ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਛੋਟਾ ਜਿਹਾ ਮੇਰੀ ਲੜਕੀ ਕੋਲ ਟੂਰੀ ਕੋਲ ਬੱਚਾ, ਮੈਂ ਟੂਰੀ ਬਾਜ਼ਾਰ 'ਚ ਬੈਠਿਆ ਤਾ, ਬੱਚੇ ਮੈਂ ਲੈ ਗਿਆ, ਜਦ ਨੂੰ ਬਦਲ ਬਾਰਿਸ਼ ਆ ਰਹੀ ਸਾਡੇ ਸਾਹਮਣੇ ਚੱਲੀ ਹੈ, ਛੋਟਾ ਜਿਹਾ ਜਵਾਕ ਹੈ 10 ਮਹੀਨੇ ਦਾ, ਮੈਂ ਘਰ ਲੈ ਕੇ ਆਇਆ, ਮੇਰੇ ਕਹਿੰਦੇ ਨੇ ਦਵਾਈ ਮੇਰਾ ਇਹ ਘਰ ਤਾਂ ਜਣੀ ਗਏ, ਘਰਾਂ ਜਾ ਕੇ ਮਤਲਬ ਬਾਹਰ ਨੂੰ ਆਇਆ ਫਿਰ ਨਾ ਇਹ, ਮੈਂ ਆਪਣੀ ਲੜਕੀ ਨੂੰ ਕਿਹਾ ਉਹਨੂੰ ਦੂਰੀ ਨੂੰ ਜਦ ਮੈਂ ਘਰੇ ਰਹਿ ਜਾ ਇਹ, ਮੈਂ ਕਿਹਾ ਵੀ ਇੱਦਾਂ, ਮੈਂ ਕਿਹਾ ਸਿੱਧੂ ਤਾਂ ਚਾਹ ਨਹੀਂ ਪੀਣੀ, ਉਹ ਕਹਿੰਦਾ ਵੀ ਚਾਹ ਤਾਂ ਮੈਂ ਡੈਡੀ ਪੀ ਗਿਆ, ਵੀ ਚਾਹ ਨਹੀਂ ਪੀਣੀ, ਮੈਂ ਕਿਹਾ ਕਹਿੰਦਾ ਮੈਂ ਚੱਲਿਆ, ਮੈਂ ਕਿਹਾ ਅੱਛਾ ਦੁਬਾਰਾ ਫੇਰ ਮੁੜ ਕੇ ਆ ਗਿਆ, ਕਹਿੰਦਾ ਮੇਰੀ ਚਾਬੀ ਰਹਿ ਗਈ, ਚਾਬੀ ਰਹਿ ਗਈ, ਕਹਿੰਦਾ ਚਾਬੀ ਲਈ ਉਹਨਾਂ ਫਿਰ ਦੁਬਾਰਾ, ਇੰਨੇ ਕੁ ਇੱਕ ਮੁੰਡਾ ਬਾਹਰ ਦੇ ਹੋਰ ਆ ਗਿਆ ਨਾਲ, ਉਹ ਫੋਨ ਕਰ ਰਿਹਾ ਤਾਂ ਆਪਣੇ ਘਰ ਵਾਲੀ ਕਹਿੰਦੇ ਮੇਰੀ ਲੜਕੀ ਨੂੰ, ਉਹ ਕਹਿੰਦਾ ਵੀ ਫੋਨ ਮੇਰੀ ਮੇਰਾ ਲੜਕਾ ਛੋਟਾ ਇੱਕ ਉਹਦੇ ਨਾਲ ਮਤਲਬ ਮੇਰੀ ਵੀ ਉਹਦੇ ਨਾਲ ਗੱਲ ਕਰਦਾ, ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਗੱਲ ਕਰਦਾ ਹੈਗਾ ਕੋਈ ਵੀ, ਮੈਂ ਤਾਂ ਆਪਣੇ ਘਰਦਿਆਂ ਨਾਲ ਗੱਲ ਕਰਦਾ, ਕਿਉਂ ਘਰਾਂ ਕਹਿ ਕੇ ਆਇਆ ਤਾ ਵੀ ਉਸਨੇ ਉੱਠ ਕੇ ਰੋਟੀ ਪਕਾਈ, ਬਸ ਫਿਰ ਜਦ ਇੰਨੀ ਗੱਲ ਹੋ ਰਹੀ ਹੈ ਬਾਹਰ ਇਹ ਭੈਣ ਬਸਾਈ, ਮੈਂ ਛੋਟੀ ਕੁੜੀ ਨੂੰ ਕਿਹਾ, ਮੈਂ ਬੱਚਾ ਤੂੰ ਦੇਖੀ ਮੇਰੀ ਤਬੀਅਤ ਕੁਛ ਇੰਨੀ ਨਹੀਂ, ਮੈਂ ਬੈੱਡ 'ਤੇ ਪੈ ਗਿਆ ਜਵਾਕ ਫੜਾ ਕੇ, ਤੁਹਾਨੂੰ ਪਤਾ ਅੱਧਾ ਘੰਟਾ ਚੱਕੇ ਹੋ ਗਏ ਮੇਰੇ ਕੋਲ, ਮੈਂ ਇੱਦਾਂ ਪੈ ਗਿਆ, ਮੈਂ ਕਿਉਂਕਿ ਦੇਖੀ ਬਾਹਰ, ਉਹੀ ਕਹਿੰਦੀ ਸੀਟੂ ਤਾਂ ਨਹੀਂ ਬੋਲਦਾ ਹੈਗਾ, ਉਹ ਕਹਿੰਦੀ ਵੀ ਡੈਡੀ ਉਹ ਨੱਠੀ ਨੱਠੀ ਆਈ, ਉਹ ਇੰਨੇ ਨੇ ਇੰਨੇ ਨੇ ਮੁੰਡਾ ਜਿਹੜਾ ਕੋਠੇ ਵਾਲੇ ਕੋਲ, ਮੈਂ ਉੱਠਦਾ ਕਹਿੰਦਾ ਵੀ ਬਾਹਰ, ਕਹਿੰਦਾ ਕੋਈ ਥੋੜ੍ਹੀ ਦਵਾਈ ਲੈ ਕਹਿੰਦਾ ਚੱਕੂ ਮਾਰ ਕੇ, ਕਹਿੰਦਾ ਕਿੱਥੇ ਵਾਪਰੀ, ਕੀ ਡਿਟੇਲ ਹੈ ਇਹਦੇ ਬਾਰੇ? ਹਾਂਜੀ, ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਇੱਕ ਜਿਹੜਾ ਸਾਨੂੰ ਜਦੋਂ ਜਿਹੜੀ ਇਹਦੇ ਬਾਰੇ ਇਨਫੋਰਮੇਸ਼ਨ ਮਿਲੀ ਸੀ ਵੀ ਸੁਰਜੀਤ ਸਿੰਘ ਨਾਂ ਦਾ ਬੰਦਾ ਜਿਹੜਾ ਹੈਗਾ ਬਰੋਡ ਡੈਡ ਐਡਮਿਟ ਲਿਆਂਦਾ ਗਿਆ ਸੀ ਹੋਸਪਿਟਲ ਦੇ ਵਿੱਚ, ਜਦੋਂ ਆ ਕੇ ਅਸੀਂ ਚੈੱਕ ਕੀਤਾ ਤਾਂ ਉਹਦੇ ਜਿਹੜਾ ਹੈਗਾ ਸਰੀ ਬੋਡੀ ਦੇ ਉੱਪਰ 2 ਜਾਂ 3 ਜਿਹੜੇ ਹੈਗੇ ਨੇ ਤਲਵਾਰ ਜਿਹੜੀ ਕਿਰਚ ਦੇ ਵਾਰ ਹੋਏ ਹੋਏ ਸੀਗੇ। ਤਾਂ ਇਨੀਸ਼ੀਅਲ ਇਨਫੋਰਮੇਸ਼ਨ ਜਿਹੜੀ ਸਾਨੂੰ ਮਿਲੀ ਵੀ ਇਹਦਾ ਇੱਕ ਦੋਸਤ ਹੈਗਾ ਮਨਦੀਪ, ਜਿਹਦੇ ਨਾਲ ਇਹ ਅੱਜ ਘੁੰਮ ਰਿਹਾ ਸੀ, ਇਹ ਪਹਿਲਾਂ ਉਹਦੇ ਘਰ ਵੀ ਗਿਆ
ਤੇ ਇਕੱਠੇ ਹੈਗੇ ਸੀਗੇ ਕਿਸੇ ਗੱਲ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਤਕਰਾਰਬਾਜ਼ੀ ਹੋ ਗਈ। ਉਹ ਜਿਹੜਾ ਹੈਗਾ ਅੰਮ੍ਰਿਤਧਾਰੀ ਸਿੱਖ ਸੀਗਾ ਉਹਨੇ ਆਪਣੀ ਕਿਰਪਾਨ ਕੱਢ ਕੇ ਗੁੱਸੇ ਦੇ ਵਿੱਚ ਇਹਦੇ ਜਿਹੜਾ ਹੈਗਾ ਕਿਰਪਾਨ ਦਾ ਵਾਰ ਕਰਤਾ, ਜਿਹਦੇ ਕਰਕੇ ਇਹਦੀ ਡੈਥ ਹੋ ਗਈ। ਇਹ ਇੱਥੇ ਅਨੰਦਪੁਰ ਸਾਹਿਬ ਬਾਜ਼ਾਰ ਦੇ ਵਿੱਚ ਕਾਲੀਆ ਸਵੀਟਸ ਹੈਗਾ, ਉਹਦੇ ਸਾਹਮਣੇ ਦੇ ਇੰਸੀਡੈਂਟ ਦੱਸਿਆ ਜਾਂਦਾ ਜੀ। ਹਾਂ ਉਹ ਐਬਸਕਾਉਂਟਿੰਗ ਆ, ਉਹਨੂੰ ਫੜਨ ਵਾਸਤੇ ਅਸੀਂ ਰੇਡ ਕਰ ਰਹੇ ਹਾਂ। ਕਾਰਨ ਹਲੇ ਇਨੀਸ਼ੀਅਲ ਸਟੇਜ ਹੈਗੀ ਆ ਜੀ, ਇਹ ਤਾਂ ਹੁਣ ਦੋ ਜਾਣੇ ਆਪਸ ਦੇ ਵਿੱਚ ਲੜੇ ਨੇ, ਕਿਹੜੀ ਗੱਲੋਂ ਲੜੇ ਨੇ, ਤਾਂ ਹੁਣ ਦੋਸ਼ੀ ਜਦੋਂ ਫੜ ਹੋਊਗਾ ਤਾਂ ਉਹਦੀ ਪੁੱਛਗਿੱਛ ਤੇ ਸਾਹਮਣੇ ਪਤਾ ਕਰਾਂਗੇ। ਜਿਹੜਾ ਮ੍ਰਿਤਕ ਹੈਗਾ ਉਹਦੇ ਉੱਪਰ ਦੋ ਜਿਹੜੇ ਮੁਕੱਦਮੇ, ਇੱਕ NDPS ਦਾ ਤੇ ਕੋਈ ਇੱਕ ਚੋਰੀ ਦਾ ਮੁਕੱਦਮਾ ਪਹਿਲਾਂ ਦਰਜ ਹੈਗਾ। ਅਕਿਊਜ਼ ਦੀ ਜਿਹੜੀ ਹੈਗੀ ਆ ਹਲੇ ਕ੍ਰਿਮੀਨਲ ਹਿਸਟਰੀ ਅਸੀਂ ਚੈੱਕ ਕਰ ਰਹੇ ਹਾਂ।